बिस्मिल्लाहिर्रहमानिर्रहीम, अस्सलाम वालेकुम जी। कैसे हैं आप साहब? उम्मीद है कि सब बन पर ख्याल खेस होंगे जी। ब्लॉग का आगाज़ कर रहे हैं तो इस वक्त सुबह से लेके कल से हमने कोई अच्छा ब्लॉग नहीं बनाया, तो इस वजह से कि बेगम की तबीयत ठीक नहीं थी, बुखार था, और इस वजह से जो है ना अब जा रहे हैं डॉक्टर के पास। तो हमारे साथ रहेगा, ब्लॉग को ज़रूर देखेगा। तो जिन बहन भाइयों ने बेल आइकन को नहीं प्रेस किया वो जल्दी से प्रेस करें ताकि आने वाली वीडियो का नोटिफिकेशन उन तक बर वक्त पहुँच सके। हाँ जी, चलिए डॉक्टर को। चलो तुसी अपनी तैयारी कर लो तो डॉक्टर को चलिए। तो जी मैं पानी पा दें। चलो मैं पानी पा देना जी। देख सकते हो कि बेगम की तबीयत ठीक नहीं सी है कि सारी घर की साफ सफाई जी है ना मैं की है, क्योंकि फर्श तो है सारा, देखो सारा जड़ा ना जिन्ना है सारा, हजे भी थोड़ा थोड़ा पानी किसी किसी जगह पर खड़ा वा, यह सारी साफ सफाई कर दी जी, सारा फर्श धो दिता मुकम्मल जी। तो असी हूँ जा रहे हैं डॉक्टर को। तो बेगम कहती है कूलर च पानी पा दो, तो मैं पानी पीना, तो मैं क्या भी चलो मैं पानी पा दिना जी। तो असी अपना काम भी नाल करते हैं, बच्चों जो सारा खाना पीना भी दिता वा सारा कुछ, लेकिन फिर बंदे की तबीयत ठीक ना हो तो कुछ कर भी दिल नहीं करता जी। बेगम तैयार हो गई, चलो। नहीं नहीं, और रस्ते च थ्रेशन चल दी सारे डस्ट सारा जरा ना। हाँ जी बैठो बैठो। उमर अदन ले जाके जाओ लिया, अदन लिया। चलो आप अदन लिया। हाँ चलो बैठो, तू घर रह कुंडी लगा ला तो असी अदन ले आने। नहीं आने जाना, दस चे डॉक्टर बैठा। अच्छा जी, गेट मैंने लगाया है तो अब जी इस वक्त असि जरा ना जा रहे हैं, ज्यान साढ़े नाल है, बाकी बच्चे असि घर छोड़ के जा रहे हैं। तो हाँ जी हाँ जी, तो ज्यान बेटा ना तंग करो, फिर मैं डॉक्टर को तेन जी है ना दवाई ला देनी है, ठीक है ना? हाँ जी, हाँ डॉक्टर टीका ला दिता। अच्छा बस मैं तेन एक गल दसा, थोड़ा ही जरा ना कणक रह गई, बाकी तो सारा जरा ना लोगों ने काट कोड लिया है ना, कुछ वड्डन वाली खड़ी है, ये इको पार्टी ने जो दिती सी उन्होंने। हाँ जी, तो साढ़े वाल तो इतने ना लोग ज्यादातर जी ना तूड़ियाँ जी ना घर ही स्टाल लेंगे। माशाल्लाह काफी गल्ला करता,
ਤੇ ਅੱਗੇ ਨਾ ਮਾਲਟਿਆਂ ਨੂੰ ਇਹ ਆਲੂ ਕਹਿੰਦਾ ਸੀ। ਆਲੂ ਖਤਮ ਹੋ ਗਏ ਆ, ਆਲੂ ਮੁੱਕ ਗਏ ਆ ਬੇਟਾ। ਲੜਕੇ ਜਿਹੜੇ ਨਾ ਗੇਮ ਖੇਡਦੇ ਪਏ ਆ। ਇਹ ਦੱਸ ਚੱਕ ਇਹ 'ਚ ਹੋਸਪਿਟਲ ਵੀ ਹੈ ਅਤੇ ਇਸ ਦੇ ਵਿੱਚ ਗਰਲਸ ਅਤੇ ਬੋਆਇਜ਼ ਜਿਹੜਾ ਨਾ ਸਕੂਲ ਹਾਈ ਤੱਕ ਆ ਅਤੇ ਯਾਨੀ ਮੈਟ੍ਰਿਕ ਇੱਥੇ ਹੁੰਦੀ ਹੈ। ਅਤੇ ਇਹ ਸਾਡਾ ਯਾਨੀ ਕਿ ਦੱਸ ਚੱਕ ਆ ਅਤੇ ਅਸੀਂ ਜਿਹੜਾ ਨਾ ਇੱਥੋਂ ਹੀ ਡਾਕਟਰ ਬੈਠਾ ਵਾ, ਇੱਥੋਂ ਦਵਾਈ ਲਵਾਂਗੇ। ਜੇ ਡਾਕਟਰ ਕੋਲ ਪਹੁੰਚ ਗਏ ਹਾਂ ਅਤੇ ਇੱਥੇ ਰੁਕ, ਚਲੋ ਤੁਸੀਂ ਉਤਰੋ ਅਤੇ ਮੈਂ ਗੱਡੀ ਬੰਦ ਕਰ ਲਵਾਂ। ਜੀ ਦਵਾਈ ਲੈ ਲਈ ਆ ਅਤੇ ਦਵਾਈ ਲੈਣ ਤੋਂ ਬਾਅਦ ਜਿਹੜਾ ਨਾ ਹੁਣ ਵਾਪਸੀ ਘਰ ਚੱਲਦੇ ਹਾਂ। ਜੀ ਡਾਕਟਰ ਨੇ ਕਿਹਾ ਬਹੁਤ ਤੇਜ਼ ਬੁਖਾਰ ਆ, ਇਸ ਵਜ੍ਹਾ 102 ਤੇ ਬੁਖਾਰ ਆ, ਤਬੀਅਤ ਤਾਂ ਜ਼ਿਆਦਾ ਖਰਾਬ ਆ। ਹਾਂਜੀ ਉਹਨਾਂ ਨੇ ਕਿ ਟੀਕਾ ਵਗੈਰਾ ਤਾਂ ਲੱਗਣਾ ਨਹੀਂ ਹੈ, ਪਹਿਲਾਂ ਦਵਾਈ ਖਾਓ, ਮੱਠਾ ਪਾਵੇ ਅਤੇ ਫਿਰ ਟੀਕਾ ਲੱਗੇਗਾ। ਅੱਛਾ ਜੀ, ਉਹ ਸਾਹਮਣੇ ਤੰਦੂਰ 'ਤੇ ਰੋਟੀਆਂ ਲੱਗਦੀਆਂ ਪਈਆਂ ਵਾ ਅਤੇ ਮੈਂ ਤਾਂ ਪਾਪਾ ਨੂੰ ਕਿਹਾ ਤੁਸੀਂ ਰੋਟੀਆਂ ਇੱਥੋਂ 3-4 ਜਿਹੀਆਂ ਖਾਣੀਆਂ ਲੈ ਲਓ, ਕਿਉਂਕਿ ਮੇਰੀ ਬਹੁਤ ਜ਼ਿਆਦਾ ਤਬੀਅਤ ਖਰਾਬ ਆ, ਮੇਰੇ ਕੋਲ ਨਹੀਂ ਜਾ ਕੇ ਰੋਟੀ ਪੱਕਦੀ। ਅਤੇ ਉਹ ਸਾਹਮਣੇ ਰੋਟੀਆਂ ਲੱਗਦੀਆਂ ਪਈਆਂ, ਹੁਣ ਲੈਣ ਗਏ ਨੇ। ਇਹ ਦੇਖੋ ਲੱਗਦੀਆਂ ਪਈਆਂ, ਪਤਾ ਨਜ਼ਰ ਆ ਰਹੀਆਂ ਕਿ ਨਹੀਂ ਆ ਰਹੀਆਂ। ਜੀ ਹਾਂਜੀ, ਚੀਜ਼ ਲੈ ਕੇ ਆਏ ਹੋ, ਗਾਡੀ ਮੈਂ ਬਹਿਣਾ ਹੈ। ਬਾਬਾ ਨੇ ਲੈ ਕਰ ਦੀ ਹੈ, ਬਾਬਾ ਨੇ ਗਾਡੀ ਲੈ ਕਰ ਦੀ ਹੈ। ਜੀ ਜੀ, ਦਰਵਾਜ਼ਾ ਖੋਲੂ ਗਾਡੀ ਕਾ, ਚਲੋ ਠੀਕ ਹੈ ਮੈਂ ਖੋਲਦੀ। ਇੱਕ ਮਿੰਟ ਰੁਕੇ, ਆ ਜਾਓ ਨਾ ਫਿਰ ਇੱਧਰ ਆ ਜਾਓ, ਪਿੱਛੇ। ਅੱਛਾ ਜੀ, ਚੌਧਰੀ ਜਿਆਂ ਦੁਕਾਨ ਤੋਂ ਜਾ ਕੇ ਨਾ ਚੀਜ਼ ਲੈ ਕੇ ਆਇਆ ਵਾ। ਆ ਜਾ, ਉਹ ਚੀਜ਼ ਚੁੱਕ ਲਾ, ਚੀਜ਼ ਚੁੱਕ ਲਾ। ਹਾਂਜੀ ਕਾਚੀ ਹੈ ਜੀ ਜੀ, ਮਜ਼ੇ ਤਾਂ ਆ ਰਿਹਾ, ਖਾ ਲਓ ਚਲੋ ਖਾ ਲਓ। ਪੈਟਰੋਲ ਪੰਪ ਕੋਲ ਅਸੀਂ ਗੱਡੀ ਖੜੀ ਕੀਤੀ ਹੈ, ਹਾਲੇ ਸਾਡੀਆਂ ਰੋਟੀਆਂ ਨਹੀਂ ਲੱਭੀਆਂ। ਅੱਛਾ ਜੀ, ਰੋਟੀ ਲੈ ਲਈ ਆ ਅਤੇ ਹੁਣ ਚੱਲਦੇ ਹਾਂ। ਕਿਆ ਕਹਿ ਰਹੇ ਹੋ ਜਿਆਨ, ਸ਼ੂਜ਼ ਉਤਾਰਨਾ? ਰੋਟੀ ਵੀ ਲੈ ਲਈ, ਠੀਕ ਆ ਨਾ। ਤੁਹਾਨੂੰ ਆਖਿਆ ਸੀ ਮੈਂ ਕਿਹਾ ਵੀ ਪੈਣਾ ਨਹੀਂ ਹੈਗਾ ਅਤੇ ਚਲੋ ਬੰਦਾ ਜਿਹੜਾ ਨਾ ਮੰਜੇ 'ਤੇ ਪੈ ਕੇ ਕੋਈ ਇਸਦਾ ਹੱਲ ਤਾਂ ਕੋਈ ਨਹੀਂ ਹੈਗਾ, ਵੀ ਚਲੋ ਦਵਾਈ ਲੈ ਜਾਂਦਾ ਅਤੇ ਠੀਕ ਹੋ ਜਾਂਦੇ, ਠੀਕ ਹੈ ਨਾ। ਤੁਸੀਂ ਕਿਹਾ ਕਿ ਨਹੀਂ ਮੈਂ ਤਾਂ ਨਾ ਬਸ ਉਹ ਕਰਨਾ ਵਾ, ਪੈਣਾ ਹੀ ਪੈਣਾ ਵਾ ਅਤੇ ਹੁਣ ਸੁਬਹ ਤੋਂ ਲੈ ਕੇ ਹੁਣ ਤੱਕ ਇਸ ਕਰਕੇ ਮੈਂ ਜਦੋਂ ਬੰਦੇ ਦੀ ਨੱਕੋਂ ਚੱਲ ਕੇ ਮੂੰਹ 'ਚ ਪੈਂਦੀਆਂ ਨਾ ਫਿਰ ਹੀ ਬੰਦਾ ਪੈਂਦਾ। ਮੇਰੀ ਬਹੁਤ ਜ਼ਿਆਦਾ ਤਬੀਅਤ ਖਰਾਬ ਸੀ ਅਤੇ ਮੈਂ ਪਈ ਹਾਂ, ਮੈਂ ਸੁਬਹ ਦਾ ਵੀ ਨਾਸ਼ਤਾ ਬਣਾ ਕੇ ਦਿੱਤਾ, ਮੈਂ ਦੁਪਹਿਰ ਦੀ ਰੋਟੀ ਵੀ ਬਣਾ ਕੇ ਦਿੱਤੀ ਆ, ਮੈਂ ਪੇਟ 'ਚ ਦਰਦ ਹੁੰਦੀ ਸੀ, ਮੈਂ ਪੁਦੀਨੇ ਵਾਲਾ ਕਾਹਵਾ ਵੀ ਖੁਦ ਬਣਾ ਕੇ ਪੀਤਾ ਵਾ ਅਤੇ ਉਸ ਤੋਂ ਬਾਅਦ ਮੈਂ ਪੈ ਗਈ। ਮੇਰੀ ਬਹੁਤ ਜ਼ਿਆਦਾ ਤਬੀਅਤ ਖਰਾਬ ਕਿਉਂਕਿ ਮੈਂ ਗੋਲੀਆਂ ਘਰੋਂ ਸਾਰੀਆਂ ਖਾਧੀਆਂ
ਲੇਕਿਨ ਨਹੀਂ ਫਰਕ ਪਿਆ ਹੈਗਾ। ਇੰਨੀ ਜ਼ਿਆਦਾ ਮੇਰੀ ਤਬੀਅਤ ਖਰਾਬ ਸੀ ਤੇ ਇਹਨਾਂ ਨੇ ਫਰਸ਼ ਧੋਤਾ ਤੇ ਕਹਿੰਦੇ ਪਈ ਆ। ਨਹੀਂ ਮੈਂ ਤਾਂ ਤੁਹਾਨੂੰ ਆਖਿਆ ਵੀ ਮੈਂ ਨਹੀਂ ਮੈਂ ਤੁਸੀਂ ਬਹਾਨਾ ਲਾ ਕੇ ਪਈ ਆ। ਮੈਂ ਤੁਹਾਨੂੰ ਇਹ ਗੱਲ ਆਖੀ ਆ, ਮੈਂ ਕਿਹਾ ਵੀ ਤੂੰ ਜੋ ਪੈ ਪੈ ਕੇ ਦਿਖਾਈ ਜਾਂਦੀ ਆ ਵੀ ਬੰਦਾ ਉੱਠੇ ਸ਼ਾਮ ਨੂੰ ਲਾਈਵ ਵੀ ਕਰਨੀ ਆ, ਵੀਡੀਓ ਵੀ ਬਣਾਉਣੀ ਆ, ਭੈਣ ਭਰਾਵਾਂ ਨਾਲ ਯੂਟਿਊਬ ਤੇ ਵੀ ਆ ਅਸੀਂ ਤੇ ਇਹ ਇਨਸਾਨ ਰਹਿੰਦਾ ਜੇ ਹੁਣ ਦੁੱਖ ਦੇ ਵਿੱਚ ਤੇ ਬੰਦਾ ਕੀ ਕਰੇ। ਜੇ ਤਬੀਅਤ ਠੀਕ ਆ ਤਾਂ ਸਾਰੇ ਕਰੀ ਦੇ, ਜੇ ਇੱਕ ਦਿਨ ਕੋਈ ਸਾਲ ਜੇ ਦੋ ਦਿਨ ਫਰੀ ਤਬੀਅਤ ਖਰਾਬ ਹੋ ਗਈ ਤੇ ਜ਼ਰੂਰੀ ਤਾਂ ਨਹੀਂ ਉਹ ਸਾਰੇ ਕੰਮ ਕਰਨੇ ਆ, ਸਿਹਤ ਨਹੀਂ ਆ ਸਾਰਾ ਕੁਝ। ਨਹੀਂ ਮੇਰਾ ਕਹਿਣ ਦਾ ਮਕਸਦ ਇਹ ਸੀ ਤੁਸੀਂ ਜਿਹੜਾ ਨਾ ਉਲਟ ਲੈ ਗਏ ਜੀ, ਤੁਸੀਂ ਕਹਿੰਦੇ ਹੋ ਜੀ ਇਹ ਪਈ ਆ, ਇਹ ਫਲਾਨ ਹੋ ਗਿਆ, ਢੀਂਗ ਹੋ ਗਿਆ ਤੇ ਜਿਹੜਾ ਨਾ ਇਹ ਬਹਾਨਾ ਕਰਕੇ ਪਈ ਆ। ਮੈਂ ਇਹ ਗੱਲ ਨਹੀਂ ਆਖੀ, ਮੈਂ ਦੇਖਣ ਵਾਲੇ ਭੈਣ ਭਰਾ ਵੀ ਮੈਨੂੰ ਜ਼ਰੂਰ ਦੱਸਣ ਵੀ ਜਿਹੜੀ ਗੱਲ ਮੈਂ ਕੀਤੀ ਹੈ, ਮੈਂ ਇਹਨੂੰ ਇਹ ਗੱਲ ਕੀਤੀ ਹੈ। ਮੈਂ ਕਿਹਾ ਵੀ ਤੁਸੀਂ ਇਸ ਤਰ੍ਹਾਂ ਕਰੋ, ਉੱਠੋ ਡਾਕਟਰ ਕੋਲ, ਕਿਸੇ ਕੋਲ ਸ਼ਹਿਰ ਚਲੇ ਜਾਂਦੇ ਹਾਂ, 100 ਡਾਕਟਰ ਆ, ਹੋਸਪਿਟਲ ਆ, ਬੰਦਾ ਜਾ ਕੇ ਆਪਣੀ ਦਵਾਈ ਦਾਰੂ ਕਰਦਾ। ਇੱਕ ਦਫ਼ਾ ਤਾਂ ਹੋਸਪਿਟਲੋਂ ਲਿਆਂਦੀ ਸੀ ਯਾਰ, ਹਸਪਤਾਲ ਚੋਂ ਲਿਆਂਦੀ, ਉਹ ਨਹੀਂ ਉਹਨਾਂ ਨੇ, ਉਹ ਬੀਬੀ ਜੀ ਬੈਠੀ ਆ ਉਹਨੂੰ ਨਹੀਂ ਸਮਝ ਲੱਗੀ ਹੈਗੀ। ਮੈਂ ਉਹਨੂੰ ਜਾ ਕੇ ਦੱਸਿਆ, ਮੈਂ ਕਿਹਾ ਵੀ ਬੇਗਮ ਦੀ ਤਬੀਅਤ ਖਰਾਬ ਆ, ਉਹਨਾਂ ਨੇ ਕਿਹਾ ਵੀ ਉਹਨਾਂ ਨੇ 2 ਗੋਲੀਆਂ, ਉੱਥੇ ਸਾਡੇ ਨਾਲੇ ਚੱਕ 'ਚ ਛੋਟਾ ਜਿਹਾ ਹੋਸਪਿਟਲ ਆ ਅਤੇ ਉਹ 'ਚ ਦਵਾਈ ਵੀ ਐਡੀ ਜਿਹੜੀ ਆ ਨਾ ਨਹੀਂ ਹੁੰਦੀ ਹੈਗੀ ਅਤੇ ਠੀਕ ਹੈ ਨਾ। ਮੈਂ ਕਹਿੰਦਾ ਸੀ ਵੀ ਚਲੋ ਸ਼ਹਿਰ ਚੱਲਦੇ ਹਾਂ ਜਾਂ ਅਸੀਂ ਕਿਸੇ ਅੱਛੇ ਡਾਕਟਰ ਕੋਲ ਚਲੇ ਜਾਂਦੇ ਹਾਂ ਅਤੇ ਜਾ ਕੇ ਜਿਹੜੀ ਆ ਦਵਾਈ ਲਿਆਉਂਦੇ ਹਾਂ, ਅਤੇ ਕਿੰਨੇ ਘੰਟੇ ਜ਼ਾਇਆ ਹੋ ਗਏ ਸਾਡੇ, ਠੀਕ ਹਨ। ਤੇ ਇਸ ਕਰਕੇ ਮੈਂ ਕਹਿੰਦੀ ਸੀ ਮੈਨੂੰ ਘਰੋਂ ਜਦ ਤੱਕ ਗੋਲੀਆਂ ਖਾਂਦੀਆਂ ਨਾ ਮੈਨੂੰ ਠੀਕ ਹੋ ਜਾਣਾ, ਹਾਂ ਠੀਕ ਹੋ ਜਾਣਾ, ਹਾਂਜੀ। ਆ ਦੇਖੋ ਨਾ ਤੁਸੀਂ ਕਹਿੰਦੇ ਸੀ ਮੋਟਰਸਾਈਕਲ ਤੇ ਜਾਣਾ, ਇਹ ਹੁਣ ਦਿਖਾਓ ਭੈਣ ਭਰਾਵਾਂ ਨੂੰ ਜਿਹੜੀ ਥ੍ਰੈਸ਼ਰ ਲੱਗੀ ਹੋਈ ਹੈ। ਕੱਲ ਨੂੰ ਗੱਡੀ ਗੱਡੀ ਚੱਲ ਤੇ ਸੀ, ਸੜਕ ਤੋਂ ਲੰਘਿਆ ਨਹੀਂ ਜਾਂਦਾ, ਸੜਕ ਤੋਂ ਲੰਘਿਆ ਨਹੀਂ ਜਾਂਦਾ। ਇਹ ਕਹਿੰਦੇ ਸੀ ਵੀ ਅਸੀਂ ਜਿਹੜਾ ਨਾ ਮੋਟਰਸਾਈਕਲ ਤੇ ਜਾਣਾ, ਮੈਂ ਕਿਹਾ ਵੀ ਰਸਤੇ 'ਚ ਥ੍ਰੈਸ਼ਰਾਂ ਚੱਲਦੀਆਂ, ਇੰਨੀ ਡਸਟ ਆ ਅਤੇ ਤੁਸੀਂ ਇਸ ਤਰ੍ਹਾਂ ਕਰੋ ਵੀ ਜਿਹੜਾ ਨਾ ਨਾਲ ਜ਼ਿਆਨ ਵੀ ਆ, ਐਲਰਜੀ ਹੋ ਜਾਏਗੀ ਖਾਰ ਅਤੇ ਜਿਹੜਾ ਡਸਟ ਦੇ ਨਾਲ, ਅਤੇ ਤੁਸੀਂ ਜਿਹੜਾ ਨਾ ਆ ਜਾਓ ਕਾਰ 'ਤੇ ਚੱਲਦੇ ਹਾਂ ਜੀ। ਘਰ ਪਹੁੰਚ ਗਏ ਹਾਂ ਅਤੇ ਬੇਟਾ ਪਾਣੀ ਦਾ ਗਲਾਸ ਲੈ ਕੇ ਆ, ਇਹਨੂੰ ਦਵਾਈ ਦੇਈਏ ਅਤੇ ਚਲੋ ਜੀ ਦਵਾਈ ਖਾਓ, ਤੇਲ ਲਾ ਲਾ ਫੈਸਲਾ ਦੇਖੋ ਫਰਕ ਪੈਂਦਾ। ਚਲੋ ਠੀਕ ਹੈ ਮੈਂ ਸਾਲਣ ਗਰਮ ਕਰ, ਮੈਂ ਦੁੱਧ ਲੈ ਕੇ ਆਉਂਦਾ ਗਰਮ ਕਰ, ਸ਼ੈਂਪੀ ਪੀ ਨਹੀਂ ਲੱਗੇ ਸ਼ੈਂਪੀ ਪੀਏਗਾ ਚਲੋ ਹੁਣ ਬੈਠ ਕੇ ਫਿਰ ਖਾਈਏ ਮਾਰ ਨਾਲ। ਸ਼ਾਮ ਦਾ ਟਾਈਮ ਹੁਣ ਮੈਂ ਚਾਏ ਬਣਾਉਣ ਲੱਗਿਆ ਤੇ ਨਾਲੇ ਬੱਚਿਆਂ ਦਾ ਦੁੱਧ ਗਰਮ ਕਰਨ ਲੱਗਿਆ। ਸਭ ਤੋਂ ਪਹਿਲੇ ਤਾਂ ਚਾਏ ਵਾਲੀ ਦੇਗਚੀ ਜਿਹੜੀ ਹੈ ਨਾ ਉਹਨੂੰ ਵਾਸ਼ ਕਰਦੇ ਹਾਂ, ਕਿਉਂਕਿ ਹੁਣ ਬੇਗਮ ਤਾਂ ਬਿਮਾਰ ਆ ਅਤੇ ਬੱਚੇ ਜਿਹੜੇ ਛੋਟੇ ਆ ਉਹਨਾਂ ਨੂੰ ਤਾਂ ਖਿਲਾਉਣਾ ਪਿਲਾਉਣਾ, ਨਾਲੇ ਆਪ ਵੀ ਚਾਏ ਪੀਣੀ ਹੈ ਅਤੇ ਹੁਣ ਫਿਰ ਇਹ ਸਾਰੇ ਜਿਹੜੇ ਆ ਨਾ ਉਹ ਦੇਖਣਾ ਪੈਣਾ। ਘਰ 'ਚ ਬਜ਼ੁਰਗ ਵੀ ਕੋਈ ਨਹੀਂ ਹੈਗਾ ਅਤੇ ਜਿਹੜਾ ਬੰਦਾ ਜਿਹੜਾ ਨਾ ਬਜ਼ੁਰਗ ਕਰ ਲੈਣ ਅਤੇ ਹੁਣ ਸਾਰਾ ਕੰਮ ਆਪ ਨੂੰ ਦੇਖਣਾ ਪੈਣਾ। ਬੱਚਿਆਂ ਦਾ ਦੁੱਧ ਗਰਮ ਹੋਣ ਵਾਸਤੇ ਮੈਂ ਰੱਖ ਦਿੱਤਾ ਅਤੇ ਇਸ ਤੋਂ ਬਾਅਦ ਮੈਂ ਬਣਾਊਂਗਾ ਚਾਏ ਜੀ। ਹੁਣ ਚਾਏ ਬਣਾਉਂਦੇ ਹਾਂ
ਅਤੇ ਸਭ ਤੋਂ ਪਹਿਲੇ ਤਾਂ ਇਹਦੇ ਵਿੱਚ ਦੁੱਧ ਦੇ ਵਿੱਚ ਇੱਕ ਛੋਟੀ ਇਲਾਇਚੀ ਅਤੇ ਦੋ ਪੀਸ ਉਹਦੇ ਅਤੇ ਥੋੜ੍ਹੀ ਜਿਹੀ ਸ਼ੱਕਰ, ਉਸ ਤੋਂ ਬਾਅਦ ਸੌਂਫ ਅਤੇ ਜ਼ਿਆਨ ਦੇ ਦੁੱਧ 'ਚ ਲਾਈਟ ਜਿਹੀ ਸ਼ੱਕਰ ਪਾਵਾਂਗੇ ਅਤੇ ਉਸ ਤੋਂ ਬਾਅਦ ਫਿਰ ਦੁੱਧ ਜਦੋਂ ਗਰਮ ਹੋ ਜਾਏਗਾ ਫਿਰ ਨਾਲ ਹੀ ਚਾਏ ਬਣਾ ਲਾਂਗੇ ਅਤੇ ਬਸ ਬੱਚੇ ਜਿਹੜੇ ਆ ਨਾ ਉਹਨਾਂ ਦਾ ਫਿਰ ਖਿਆਲ ਤਾਂ ਰੱਖਣਾ ਨਾ। ਤੁਸੀਂ ਇਸ ਤਰ੍ਹਾਂ ਕਰੋ, ਗੇਟਾਂ ਨੂੰ ਤਾਰੇ ਲਾ ਦਿਓ ਅਤੇ ਉਹ ਨਾ ਨਹੀਂ ਪਏ ਹੈਗਾ ਬਰਾਮਦਾ, ਬਰਾਮਦੇ ਦੇ ਵਿੱਚ ਤਾਰਾਂ ਚਾਬੀਆਂ ਪਈਆਂ ਅਤੇ ਖੋਲ੍ਹਿਆ ਸੀ ਨਾ ਗੇਟ ਅਤੇ ਉਹਦੇ ਵਿੱਚ ਪਈਆਂ ਅਤੇ ਜਾ ਕੇ ਲਾ ਦਿਓ। ਠੀਕ ਹੈ ਨਾ ਜੀ। ਸੌਂਫ ਪਾ ਦਿੱਤੀ, ਦੋ ਦਾਣੇ ਇਲਾਇਚੀ ਦੇ ਪਾ ਦਿੱਤੇ ਆ ਅਤੇ ਸ਼ੱਕਰ ਪਾ ਦਿੱਤੀ ਹੈ ਜੀ। ਸਭ ਤੋਂ ਪਹਿਲੇ ਤਾਂ ਇਹ ਗੱਲ ਆ ਕਿ ਬੇਗਮਾਂ ਜਿਹੜੀਆਂ ਨਾ ਠੀਕ ਹੋਣ ਤੋਂ ਬੰਦਾ ਕੰਮ ਕਾਰ ਜਿਹੜਾ ਨਾ ਘਰ ਸੋਹਣਾ ਲੱਗਦਾ ਅਤੇ ਇਹਨਾਂ ਨੂੰ ਬਸ ਕੁਛ ਨਾ ਹੋਵੇ ਇਹਨਾਂ ਦੇ ਹਿੱਸੇ ਦਾ ਵੀ ਬੁਖਾਰ ਬੁਖੂਰ ਸਾਨੂੰ ਚੜ੍ਹ ਜਾਵੇ। ਚਲੋ ਆਪਣਾ ਘਰ ਦਾ ਨਿਜ਼ਾਮ ਤਾਂ ਰਿੜਿਆ ਰਵੇ ਨਾ, ਅਤੇ ਅਸੀਂ ਜਿਹੜਾ ਨਾ ਇਹੀ ਕਹਾਂਗੇ ਕਿ ਇਹ ਆਪਣਾ ਨਾ ਠੀਕ ਰਹਿਣ ਤਾਂ ਕਿ ਆ ਸਾਨੂੰ ਜਿਹੜੇ ਆ ਨਾ ਆ ਬੱਚਿਆਂ ਨੂੰ ਸੰਭਾਲਣਾ, ਇਹਨਾਂ ਨੂੰ ਖਿਲਾਉਣਾ ਪਿਲਾਉਣਾ, ਇਹਨਾਂ ਦਾ ਖਿਆਲ ਰੱਖਣਾ ਇਹ ਸਾਨੂੰ ਜਿਹੜਾ ਨਾ ਬਹੁਤ ਮੁਸ਼ਕਲ ਲੱਗਦੀ ਆ ਜੀ। ਅਤੇ ਇਹ ਅੱਲਾਹ ਤਾਲਾ ਨੇ ਜਿਹੜੇ ਕੰਮ ਬਣਾਏ ਆ ਨਾ ਜਿਹੜੇ ਔਰਤਾਂ ਦੇ ਬਣਾਏ ਆ ਅਤੇ ਉਹੀ ਸੋਹਣੀਆਂ ਲੱਗਦੀਆਂ। ਅੱਲਾਹ ਤਾਲਾ ਇਹਨਾਂ ਨੂੰ ਸਿਹਤ ਤੰਦਰੁਸਤ ਰਵੇ, ਠੀਕ ਰੱਖਣ। ਅਤੇ ਬਸ ਅਸੀਂ ਤਾਂ ਨਾ ਮੈਂ ਆ ਇੱਕ ਦਿਨ ਕਰਨਾ ਪੈ ਗਿਆ ਅਤੇ ਬਹੁਤ ਮੁਸ਼ਕਲ ਲੱਗਦੀ ਆ ਜੀ। ਸ਼ਾਮ ਦਾ ਦੁੱਧ ਜਿਹੜਾ ਨਾ ਗਰਮ ਕਰ ਲਿਆ, ਹੁਣ ਚਾਏ ਰੱਖੀ ਹੋਈ ਆ ਉੱਪਰ ਅਤੇ ਇਹ ਦੇਖੋ ਚਾਏ ਜਿਹੜੀ ਆ ਨਾ ਉਹ ਬਣ ਗਈ ਆ ਅਤੇ ਬੇਗਮ ਸਾਹਿਬ ਵਾਸਤੇ ਲੈ ਕੇ ਜਾਂਦੇ ਹਾਂ ਚਾਏ ਅਤੇ ਨਾਲੇ ਆਪਣੇ ਵਾਸਤੇ, ਅਤੇ ਚਾਏ ਤਿਆਰ ਹੋ ਗਈ ਆ। ਸਿਰਫ ਦੋ ਕੱਪ ਹੀ ਬਣਾਈ ਆ ਜੀ। ਖਾਣਾ ਛਾਣਾ ਖਾ ਲਿਆ, ਚਾਏ ਸ਼ਾਏ ਪੀ ਲਈ ਅਤੇ ਹੁਣ ਆਪਣੇ ਵਲੌਗ ਦਾ ਐਂਡ ਕਰਦੇ ਹਾਂ। ਸਾਡੇ ਸਾਰੇ ਭੈਣ ਭਰਾਵਾਂ ਅੱਗੇ ਰਿਕੁਐਸਟ ਹੈ ਕਿ ਸੁਮੇਰਾ ਵਾਸਤੇ ਦੁਆ ਕਰਨ ਕਿ ਉਹ ਜਲਦੀ ਨਾਲ ਠੀਕ ਹੋ ਜਾਵੇ। ਇਹਦੇ ਨਾਲ ਹੀ ਇਜਾਜ਼ਤ ਚਾਹਵਾਂਗੇ ਅਤੇ ਕਮੈਂਟਸ ਜ਼ਰੂਰ ਕਰਨਾ, ਕਮੈਂਟਸ ਕਰਕੇ ਜ਼ਰੂਰ ਦੱਸਣਾ ਅਤੇ ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ। ਅੱਲਾਹ ਹਾਫਿਜ਼।